ਗੁੱਡ ਮਾਰਨਿੰਗ ਟੂ ਆਲ ਆਫ ਯੂ ਮਾਈ ਨੇਮ ਇਜ਼ ਕਮਲਪ੍ਰੀਤ ਕੌਰ ਐਂਡ ਮਾਈ ਟਾਪਿਕ ਇਜ਼ ਫਾਰਮਿੰਗ ਸਿਸਟਮ ਫਸਟਲੀ ਵੀ ਡਿਸਕਸ ਅਬਾਊਟ ਦੀ ਫਾਰਮਿੰਗ ਸਿਸਟਮ ਫਾਰਮਿੰਗ ਸਿਸਟਮ ਇਜ਼ ਐਨ ਇੰਟੀਗ੍ਰੇਟਿਡ ਸੈਟ ਆਫ ਐਕਟੀਵਿਟੀਜ਼ ਥੈਟ ਫਾਰਮਰਸ ਐਗਜ਼ੀਕਿਊਟ ਇਨ ਥੇਅਰ ਫਾਰਮਸ ਅੰਡਰ ਥੇਅਰ ਰਿਸੋਰਸਸ ਐਂਡ ਸਰਕਮਸਟੈਂਸਸ ਟੂ ਮੈਕਸਮਾਈਜ਼ ਦੀ ਪ੍ਰੋਡਕਟਿਵਿਟੀ ਐਂਡ ਥੈਟ ਫਾਰਮ ਇਨਕਮ ਔਨ ਅ ਸਸਟੇਨੇਬਲ ਬੇਸਿਸ ਜਿਸ ਤੋਂ ਪਤਾ ਹੈ ਕਿ ਉਹ ਸਾਰੀ ਗਤੀਵਿਧੀਆਂ ਜੋ ਇੱਕ ਕਿਸਾਨ ਆਪਣੇ ਖੇਤ ਵਿੱਚੋਂ ਵੱਧ ਤੋਂ ਵੱਧ ਉਤਪਾਦਨ ਅਤੇ ਆਮਦਨ ਲੈਣ ਲਈ ਹੁਣ ਅਸੀਂ ਵੇਖਾਂਗੇ ਕਿ ਫਾਰਮਿੰਗ ਸਿਸਟਮ 7 ਪ੍ਰਕਾਰ ਦੇ ਹਨ ਸਭ ਤੋਂ ਪਹਿਲਾਂ ਕਮਰਸ਼ੀਅਲ ਫਾਰਮਿੰਗ ਵਪਾਰਿਕ ਖੇਤੀ ਇੰਟੈਂਸਿਵ ਫਾਰਮਿੰਗ ਕਣੀ ਖੇਤੀ ਐਕਸਟੈਂਸਿਵ ਫਾਰਮਿੰਗ ਵੱਡੇ ਪੱਧਰ ਤੇ ਕੀਤੀ ਜਾਣ ਵਾਲੀ ਖੇਤੀ ਸਬਸਿਸਟੈਂਸ ਫਾਰਮਿੰਗ ਜੀਵਨ ਨਿਰਭਾ ਖੇਤੀ ਮਿਕਸਡ ਫਾਰਮਿੰਗ ਮਿਸ਼ਰਤ ਖੇਤੀ ਪਲਾਂਟੇਸ਼ਨ ਫਾਰਮਿੰਗ ਪਲਾਂਟੇਸ਼ਨ ਖੇਤੀ ਅਤੇ ਆਰਗੇਨਿਕ ਫਾਰਮਿੰਗ ਪਹਿਲੇ ਨੰਬਰ ਤੇ ਕਮਰਸ਼ੀਅਲ ਫਾਰਮਿੰਗ ਜਾਨੀ ਕਿ ਵਪਾਰਿਕ ਖੇਤੀ ਜਿਵੇਂ ਕਿ ਇਹ ਨਾਮ ਹੀ ਦਰਸਾਉਂਦਾ ਹੈ ਔਰ ਖੇਤੀ ਜੋ ਵਪਾਰਕ ਦ੍ਰਿਸ਼ਟੀਕੋਣ ਤੋਂ ਕੀਤੀ ਜਾਂਦੀ ਹੈ ਅਜਾਈ ਖੇਤੀ ਤੋਂ ਹੋਣ ਵਾਲੀ ਸਾਰੀ ਪੈਦਾਵਾਰ ਮੰਡੀ ਵਿੱਚ ਵੇਚ ਦਿੱਤੀ ਜਾਂਦੀ ਹੈ ਅਤੇ ਕਰੇਲੂ ਖਪਤ ਲਈ ਨਹੀਂ ਰੱਖੀ ਜਾਂਦੀ ਆਮ ਤੌਰ ਤੇ ਵੱਡੇ ਕਿਸਾਨ ਇਹ ਖੇਤੀ ਕਰਦੇ ਹਨ ਅਜਾਈ ਖੇਤੀ ਵਿੱਚ ਵਧੇਰੇ ਚਾਰ ਦੇਣ ਵਾਲੇ ਬੀਜ ਰਸਾਇਣਿਕ ਖਾਦਾਂ ਕੀਟਨਾਸ਼ਕ ਤੇ ਖੇਤੀ ਮਸ਼ੀਨਰੀ ਦੀ ਵਰਤੋਂ ਵੱਡੇ ਪੱਧਰ ਤੇ ਕੀਤੀ ਜਾਂਦੀ ਹੈ ਦੂਜੇ ਨੰਬਰ ਤੇ ਇੰਟੈਂਸਿਵ ਸਿਸਟਮ ਕਣੀ ਖੇਤੀ ਖੇਤੀਬਾੜੀ ਦੇ ਇਸ ਸਿਸਟਮ ਵਿੱਚ ਉਤਪਾਦਨ ਪ੍ਰਤੀ ਯੂਨਿਟ ਰਕਬਾ ਬਹੁਤ ਜ਼ਿਆਦਾ ਪੈਦਾ ਕੀਤਾ ਜਾ ਸਕਦਾ ਹੈ। ਅਜਹੀ ਖੇਤੀ ਅਜਿਹੇ ਹਾਲਤਾਂ ਵਿੱਚ ਕੀਤੀ ਜਾਂਦੀ ਹੈ ਜਦਵਾਹੀ ਯੋਗ ਭੂਮੀ ਦੀ ਥੋੜ੍ਹ ਹੋਵੇ। ਮਿਸਾਲ ਦੇ ਤੌਰ ਤੇ ਜਾਪਾਨ ਇੱਕ ਛੋਟਾ ਮੁਲਕ ਹੈ। ਵਾਹੀ ਯੋਗ ਭੂਮੀ ਬਹੁਤ ਘੱਟ ਹੈ। ਪ੍ਰੰਤੂ ਕਣੀ ਖੇਤੀ ਅਪਣਾਉਣ ਨਾਲ ਖੇਤੀ ਪੈਦਾਵਾਰ ਪ੍ਰਤੀ ਯੂਨਿਟ ਰਕਬਾ ਬਹੁਤ ਜ਼ਿਆਦਾ ਹੈ। ਐਕਸਟੈਂਸਿਵ ਫਾਰਮਿੰਗ ਜਾਨੀ ਕਿ ਵੱਡੇ ਪੱਧਰ ਤੇ ਕੀਤੀ ਜਾਣ ਵਾਲੀ ਖੇਤੀ ਵੱਡੇ ਰਕਬੇ ਵਿੱਚ ਮਸ਼ੀਨਾਂ ਦੀ ਵਰਤੋਂ ਕਰਕੇ ਅਜਿਹੀ ਖੇਤੀ ਕੀਤੀ ਜਾਂਦੀ ਹੈ। ਅਜਿਹੀ ਖੇਤੀ ਵਿੱਚ ਉਤਪਾਦਨ ਜੋਗ ਭੂਮੀ ਵੱਧ ਹੁੰਦੀ ਹੈ। ਪਰੰਤੂ ਇਸ ਦੀ ਉਤਪਾਦਨ ਕਣੀ ਖੇਤੀ ਨਾਲੋਂ ਘੱਟ ਹੁੰਦਾ ਹੈ। ਇਸ ਤਰ੍ਹਾਂ ਇਹ ਖੇਤੀ ਭਾਰਤ ਵਿੱਚ ਨਹੀਂ ਕੀਤੀ ਜਾਂਦੀ ਪਰ ਅਮਰੀਕਾ ਅਤੇ ਹੋਰ ਜਗ੍ਹਾ ਤੇ ਇਹ ਖੇਤੀ ਵੱਡੇ ਪੱਧਰ ਤੇ ਕੀਤੀ ਜਾਂਦੀ ਹੈ। ਸਬਸਿਸਟੈਂਸ ਫਾਰਮਿੰਗ ਜਾਨੀ ਕਿ ਜੀਵਨ ਨਿਰਭਾਗ ਲਈ ਖੇਤੀ ਅਜਾਈ ਖੇਤੀ ਬਹੁਤ ਘੱਟ ਰਕਬੇ ਤੇ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਅਤੇ ਰੋਜੀ ਰੋਟੀ ਲਈ ਕੀਤੀ ਜਾਂਦੀ ਹੈ। ਅਜਾਈ ਖੇਤੀ ਛੋਟੇ ਕਿਸਾਨ ਕਰਦੇ ਹਨ ਅਤੇ ਉਹਨਾਂ ਕੋਲ ਫालतू ਪੈਦਾਵਾਰ ਨਹੀਂ ਹੁੰਦੀ ਜੋ ਕਿ ਉਹ ਮੰਡੀ ਵਿੱਚ ਵੇਚ ਸਕਣ। ਖੇਤੀ ਦੀ ਇਸ ਸ਼ੈਲੀ ਵਿੱਚ ਪੁਰਾਣੇ ਢੰਗ ਤਰੀਕੇ ਵਰਤੇ ਜਾਂਦੇ ਹਨ ਅਤੇ ਮਾਡਰਨ ਤਕਨੀਕਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ ਜਿਵੇਂ ਕਿ ਮਸ਼ੀਨਰੀ, ਵਧੇਰੇ ਚਾਰ ਦੇਣ ਵਾਲੇ ਬੀਜ, ਖਾਦਾਂ ਆਦਿ। ਮਿਸ਼ਰਤ ਖੇਤੀ ਖੇਤੀ ਦੀ ਇਸ ਵੰਗੀ ਵਿੱਚ ਪਸ਼ੂ ਤਾਂ ਦੀ ਪਾਲਣਾ ਅਤੇ ਫਸਲਾਂ ਦੀ ਕਾਸ਼ਤ ਦੋਵੇਂ ਇੱਕੋ ਹੀ ਖੇਤ ਵਿੱਚ ਕੀਤੇ ਜਾਂਦੇ ਹਨ ਮੁਸ਼ਕਿਲ ਭਰੇ ਸਮੇਂ ਵਿੱਚ ਇਸ ਤਰ੍ਹਾਂ ਦੀ ਖੇਤੀ ਕਿਸਾਨ ਲਈ ਲਾਹੇਵੰਦ ਰਹਦੀ ਹੈ ਕਿਉਂਕਿ ਅਜਿਹੀ ਖੇਤੀ ਤੋਂ ਵਧੇਰੇ ਮੁਨਾਫਾ ਮਿਲਣ ਦੀ ਉਮੀਦ ਰਹਿੰਦੀ ਹੈ ਪਾਤ ਵਿੱਚ ਇਹ ਖੇਤੀ ਕਾਫੀ ਸੂਬਿਆਂ ਵਿੱਚ ਕੀਤੀ ਜਾਂਦੀ ਹੈ 6ਵੇਂ ਨੰਬਰ ਤੇ ਪਲਾਂਟੇਸ਼ਨ ਖੇਤੀ ਅਜਿਹੀ ਖੇਤੀ ਜਿਸ ਵਿੱਚ ਫਸਲਾਂ ਦੀ ਕਾਸ਼ਤ ਲਈ ਪਨੀਰੀ ਤਿਆਰ ਕੀਤੀ ਜਾਂਦੀ ਹੈ ਅਤੇ ਫਿਰ ਪੌਦੇ ਪੁੱਟ ਕੇ ਖੇਤ ਵਿੱਚ ਲਾਏ ਜਾਂਦੇ ਹਨ ਇਸ ਖੇਤੀ ਲਈ ਵਪਾਰਿਕ ਫਸਲਾਂ ਜ਼ਿਆਦਾ ਟੁਕਵੀਆਂ ਰਹਿੰਦੀਆਂ ਜਿਵੇਂ ਕਿ ਚੋਨਾ ਚਾਹ ਦੇ ਬਾਗ ਕੌਫੀ ਕੇਲਾ ਰਬੜ ਆਦ ਸੱਤਵੇਂ ਨੰਬਰ ਤੇ ਜੈਵਿਕ ਖੇਤੀ ਜਾਨੀ ਕਿ ਆਰਗੈਨਿਕ ਫਾਰਮਿੰਗ ਖੇਤੀ ਦੀ ਇਹ ਪ੍ਰਣਾਲੀ ਭਾਰਤ ਵਿੱਚ ਪ੍ਰਾਤਨ ਸਮੇਂ ਤੋਂ ਪ੍ਰਚਲਿਤ ਹੈ ਖੇਤੀ ਦੀ ਇਸ ਵਿਧੀ ਵਿੱਚ ਕਿਸੇ ਵੀ ਤਰ੍ਹਾਂ ਦੇ ਰਸਾਇਣਕ ਵਰਤਨ ਦੀ ਮਨਾਹੀ ਹੈ ਅਤੇ ਇਸ ਵਿੱਚ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਫਸਲਾਂ ਨੂੰ ਲੋੜੀਂਦੇ ਖੁਰਾਕੀ ਤੱਤ ਦੀ ਪੂਰਤੀ ਲਈ ਫਸਲਾਂ ਦੀ ਰਹਿੰਦ-ਖੂੰਦ, ਰੂੜੀ ਦੀ ਖਾਦ, ਕੰਪੋਸਟ, ਫਲੀਦਾਰ ਫਸਲਾਂ ਦੇ ਖਾਦਾਂ ਦੀ ਵਰਤੋਂ ਕੀਤੀ ਜਾਂਦੀ ਹੈ।